ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਅੱਜ ਦੇ ਲੈਕਚਰ ਵਿੱਚ ਮੈਂ ਸਭ ਤੋਂ ਪਹਿਲਾਂ ਮੈਂ ਆਪਣਾ ਇੰਟਰੋਡਕਸ਼ਨ ਦੇਣ ਜਾ ਰਿਹਾ ਹਾਂ ਮੈਂ ਕਬਲਪ੍ਰੀਤ ਸਿੰਘ ਸਾਇੰਸ ਮਾਸਟਰ ਸਕਾਰੀ ਮਿਡਲ ਸਕੂਲ ਟਕਾਪੌਰ ਜ਼ਿਲ੍ਹਾ ਅੰਮ੍ਰਿਤਸਰ ਅੱਜ ਆਪਾਂ ਤੱਤਾਂ ਦੇ ਵਰਗੀਕਰਨ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਤੱਤਾਂ ਦਾ ਅਵਰਤੀ ਵਰਗੀਕਰਨ ਬਾਰੇ ਪੜਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਨਵੀਂ ਕਲਾਸ 'ਚ ਅਸੀਂ ਪੜਿਆ ਬੱਚਿਓ ਕਿ ਸਾਡੇ ਆਲੇ-ਦੁਆਲੇ ਜਿਹੜਾ ਮਾਤਾ ਹੈ ਉਹ ਤੱਤਾਂ ਜੋਗ ਦਾ ਅਤੇ ਮਿਸ਼ਰਣ ਦੇ ਰੂਪ ਵਿੱਚ ਵਿਚਰਦਾ ਹੈ। ਤੱਤ ਇੱਕ ਹੀ ਤਰ੍ਹਾਂ ਦੇ ਪਰਮਾਣੂ ਤੋਂ ਮਿਲ ਕੇ ਬਣੇ ਹੋਏ ਹੁੰਦੇ ਹਨ। ਇੱਕ ਹੀ ਤਰ੍ਹਾਂ ਦੇ ਪਰਮਾਣੂਆਂ ਤੋਂ ਮਿਲ ਕੇ ਤੱਤ ਬਣਦੇ ਹਨ। ਵਕ-ਵਕ ਤਰ੍ਹਾਂ ਦੇ ਤੱਤ ਵਕ-ਵਕ ਤਰ੍ਹਾਂ ਦੇ ਤੱਤਾਂ ਵਿੱਚ ਪਰਮਾਣੂ ਵਕ-ਵਕ ਹੁੰਦੇ ਹਨ। ਉਦਾਹਰਨ ਦੇ ਤੌਰ 'ਤੇ ਲੋਹੇ ਦੇ ਪਰਮਾਣੂ ਹਾਈਡਰੋਜਨ ਦੇ ਪਰਮਾਣੂ ਨਾਲੋਂ ਵੱਖਰੇ ਹੋਣਗੇ ਅੱਜ ਅਸੀਂ ਤੱਤਾਂ ਦੇ ਵਰਗੀਕਰਨ ਬਾਰੇ ਪੜਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਕਿਉਂ ਲੋੜ ਪਈ ਸਾਨੂੰ ਵਰਗੀਕਰਨ ਕਰਨ ਦੀ ਇਹਨਾਂ ਤੱਤਾਂ ਦੀ ਅਸੀਂ ਇਸ ਬਾਰੇ ਵਿਚਾਰ ਕਰਾਂਗੇ ਬੇਤਰਤੀਬ ਤੋਂ ਤਰਤੀਬ ਵੱਲ ਇਹੀ ਤੱਤਾਂ ਦੇ ਵਰਗੀਕਰਨ ਦਾ ਇਹ ਮੁੱਢਲੇ ਜਤਨ ਸੀ ਸਾਡੇ ਕੋਲ ਬੇਤਰਤੀਬ ਪਈਆਂ ਸੀ ਚੀਜ਼ਾਂ ਤੱਤ ਅਤੇ ਉਹਨਾਂ ਨੂੰ ਅਸੀਂ ਵਰਗੀਕਰਨ ਕੀਤਾ प्यारे विद्यार्थियों ਅਸੀਂ ਜਾਣਦੇ ਹਾਂ ਜਦੋਂ ਤੱਤਾਂ ਦਾ ਵਰਗੀਕਰਨ ਬਾਰੇ ਅਸੀਂ ਪੜ੍ਹ ਰਹੇ ਹਾਂ ਇਹਨਾਂ ਦਾ ਵਰਗੀਕਰਨ ਕਰਨ ਲਈ ਵਿਗਿਆਨੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆ ਸ਼ੁਰੂਆਤ ਵਿੱਚ ਤਾਂ ਇਸ ਕੰਮ ਨੂੰ ਬਹੁਤ ਕਠਿਨਾਈ ਸੀ ਲੇਕਿਨ ਜਿਵੇਂ-ਜਿਵੇਂ ਇਹ ਕੰਮ ਚੱਲਦਾ ਗਿਆ ਤਾਂ ਇਸ ਕਠਿਨਾਈ ਨੂੰ ਅਸੀਂ ਪਾਰ ਪਾ ਲਿਆ ਅਸੀਂ ਅੱਜ ਪੜਾਂਗੇ ਕਿਸ ਤਰ੍ਹਾਂ ਇਸ आवर्ती सारणी ਦੀ ਸ਼ੁਰੂਆਤ ਹੋਈ ਅਤੇ ਕਿਸ ਤਰ੍ਹਾਂ ਆਈ ਦੇ ਜਿਹੜਾ ਵਾ ਅਸੀਂ ਫਾਈਨਲ ਰੂਪ ਵਿੱਚ ਪਹੁੰਚੇ ਸਭ ਤੋਂ ਪਹਿਲਾਂ ਬੱਚਿਓ ਤੁਹਾਡੇ ਸਾਹਮਣੇ ਇੱਕ ਪਾਟੇ ਹੋਏ ਨਕਸ਼ੇ ਦੀ ਗੱਲ ਕਰ ਰਹੇ ਹਾਂ ਆਪਾਂ ਇਸ ਪਾਟੇ ਹੋਏ ਨਕਸ਼ੇ ਵਿੱਚ ਤੁਸੀਂ ਵਕ ਵਕ ਭਾਗਾਂ ਨੂੰ ਜੋੜਨਾ ਹੈ ਤਾਂ ਤੁਹਾਨੂੰ ਮੁਸ਼ਕਲ ਆਏਗੀ ਸੇਮ ਇਸੇ ਤਰ੍ਹਾਂ ਹੀ ਵਿਗਿਆਨੀਆਂ ਨੂੰ ਵੀ ਸ਼ੁਰੂਆਤ ਵਿੱਚ ਇਹਨਾਂ ਨਕਸ਼ਿਆਂ ਨੂੰ ਜਿਸ ਤਾਂ ਜੋੜਨ ਵਿੱਚ ਮੁਸ਼ਕਲ ਆਈ ਇਸੇ ਤਰ੍ਹਾਂ ਤੱਤਾਂ ਨੂੰ ਵੀ ਇੱਕ ਤਰਤੀਬ ਵਿੱਚ ਵਰਗੀਕਰਨ ਕਰਨ ਵਿੱਚ ਉਹਨਾਂ ਨੂੰ ਮੁਸ਼ਕਲ ਆਈ ਹੁਣ ਵਰਗੀਕਰਨ ਕਿਉਂ ਕੀਤਾ ਜਾਂਦਾ ਹੈ ਤੁਸੀਂ ਸਾਹਮਣੇ ਦੇਖ ਰਹੇ ਜੇ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਹੈ ਬੱਚੇ ਤਸਵੀਰ ਹੈ ਤੁਸੀਂ ਦੇਖੋ ਕਿ ਉੱਪਰਲੀ ਤਸਵੀਰ ਵਿੱਚ ਸਮਾਨ ਵਿਖੜਿਆ ਪਿਆ ਹੈ ਜਦ ਕਿ ਥੱਲੇ ਦੀ ਤਸਵੀਰ ਵਿੱਚ ਬਿਲਕੁਲ ਸਿਸਟੇਮੈਟਿਕਲੀ ਸਮਾਨ ਲੱਗਾ ਹੋਇਆ ਹੈ ਉਸ ਤੋਂ ਤੁਸੀਂ ਧਿਆਨ ਨਾਲ ਅੰਦਾਜ਼ਾ ਲਾਓ ਕਿ ਕਿਸ ਵਿੱਚ ਸਮਾਨ ਲੱਭਣਾ ਸੌਖਾ ਹੋਏਗਾ ਉਦਾਹਰਨ ਦੇ ਤੌਰ ਦੇ ਤੇ ਆਪਾਂ ਉੱਪਰੋਂ ਕੋਈ ਚੀਜ਼ ਲੱਭਣੀ ਹੋਵੇ ਕੜਸੀ ਲੱਭਣੀ ਹੋਵੇ ਤਾਂ ਸਾਨੂੰ ਸਭ ਕੁਝ ਫੋਲਣਾ ਪਏਗਾ ਲੇਕਿਨ نیچے ਪ੍ਰੋਪਰ ਜਗ੍ਹਾ ਦਿੱਤੇ ਸਿਸਟਮੈਟਿਕਲੀ ਚੀਜ਼ੇਨ ਵਸਤੂ ਰੱਖੀ ਹੋਈ ਆ ਕੜਸੀ ਰੱਖੀ ਹੋਈ ਅਸੀਂ ਚੱਕਾਂਗੇ ਤੇ ਉਸ ਦੀ ਵਰਤੋਂ ਕਰ ਲਵਾਂਗੇ ਸੇਮ ਇਸੇ ਤਰ੍ਹਾਂ ਇੱਕ ਕਮਰੇ ਦੀ ਆਪਾਂ ਪਿਕਚਰ ਲਈ ਹੋਈ ਹੈ ਉੱਪਰ ਤੇ نیچے ਉੱਪਰ ਵਾਲੀ ਤਸਵੀਰ 'ਚ ਜੇ ਆਪਾਂ ਦੇਖਦੇ ਹਾਂ ਤਾਂ ਸਮਾਨ ਖਿਲ ਰਿਆ ਪਿਆ ਹੈ ਰਮਾਲ ਕਿਤੇ ਰਮਾਲ ਕਿਤੇ ਹੈ ਕਿਤੇ ਸਰਾਣਾ ਹੈ ਕਿਤੇ ਤੌਲੀਆ ਹੈ ਕਿਤੇ ਸਭ ਕੁਝ ਪੈਂਟ ਹੈ ਕਿਤੇ ਸਭ ਕੁਝ ਖਿਲਰਿਆ ਪਿਆ ਹੈ ਅਤੇ نیچے ਸਾਰਾ ਕੁਝ ਬੈਡ ਹੈ ਦੇਖੋ ਸਾਫ ਸੁਥਰਾ ਹੈ ਅਤੇ ਇਸੇ ਤਰ੍ਹਾਂ ਇਸ ਵਿੱਚ ਸਮਾਨ ਲੱਭਣ ਦੀ ਕਿਸ ਵਿੱਚ ਪ੍ਰੋਬਲਮ ਆਏਗੀ ਤੁਸੀਂ ਗੌਰ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਦੋਨਾਂ ਕੇਸਾਂ ਵਿੱਚ ਜੇਕਰ ਆਪਾਂ ਧਿਆਨ ਦੇਖਦੇ ਹਾਂ ਤਾਂ ਦੋਨਾਂ ਤਸਵੀਰਾਂ 'ਚ ਆਪਾਂ ਵਿਚਾਰ ਕਰਦੇ ਹਾਂ ਜਿੱਥੇ ਸਮਾਨ ਖਿਲਰਿਆ ਹੈ ਉੱਥੇ ਸਮਾਨ ਲੱਭਣ 'ਚ ਕਠਿਨਾਈ ਹੋਵੇਗੀ ਅਤੇ ਜਿੱਥੇ ਸਮਾਨ ਆਪਣੀ ਜਗ੍ਹਾ ਤੇ ਪ੍ਰੋਪਰ ਲੱਗਾ ਹੈ ਉੱਥੇ ਸਮਾਨ ਲੱਭਣ ਸਾਨੂੰ ਸੌਖ ਹੋਵੇਗੀ ਅਸੀਂ ਆਸਾਨੀ ਨਾਲ ਉਸਮਾਨ ਲੱਭ ਲਵਾਂਗੇ ਜਿਵੇਂ ਬੱਚਿਓ ਆਪਾਂ ਕਿਸੇ ਮੈਡੀਕਲ ਸਟੋਰ ਤੇ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਕੈਮਿਸਟ ਕੋ ਲੱਖਾਂ ਹੀ ਹਜ਼ਾਰਾਂ ਹੀ ਦਵਾਈਆਂ ਲੱਗੀਆਂ ਹੋਈਆਂ ਹਨ ਅਸੀਂ ਜਾ ਕੇ ਆਪਣੀ ਦਵਾਈ ਦੀ ਪਰਚੀ ਅੱਗੇ ਕਰਦੇ ਹਾਂ ਤਾਂ ਫਟ ਉਹ ਦਵਾਈ ਸਾਡੇ ਹੱਥਾਂ 'ਚ ਫੜਾ ਦਿੰਦਾ ਹੈ ਅਸੀਂ ਹੈਰਾਨ ਹੁੰਨੇ ਹਾਂ ਕਿ ਇੰਨੀਆਂ ਹਜ਼ਾਰਾਂ ਦਵਾਈਆਂ ਦੇ ਵਿੱਚੋਂ ਉਸਨੇ ਆਸਾਨੀ ਨਾਲ ਕਿਵੇਂ ਦਵਾਈ ਲੱਭ ਲਈ ਜੇਕਰ ਸਾਡੇ ਵਰਗਾ ਹੋਵੇ ਤਾਂ ਸਾਨੂੰ ਤਾਂ ਬਹੁਤ ਪ੍ਰੋਬਲਮ ਹੋਏਗੀ ਉਕੇ ਅਸੀਂ ਉਸ ਨੂੰ ਸਿਸਟੇਮੈਟਿਕਲੀ ਨਹੀਂ ਰੱਖਿਆ ਹੁੰਦਾ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਜੇ ਕਿ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਮਾਰਕੀਟ ਦੇ ਵਿੱਚ ਜਾਂਦੇ ਹਾਂ ਦੁਕਾਨ ਤੇ ਜਾਂਦੇ ਹਾਂ ਤਾਂ ਦੁਕਾਨਦਾਰ ਨੇ ਸਾਬਣ ਵਾਲੀਆਂ ਟਿੱਕੀਆਂ ਇੱਕ ਜਗ੍ਹਾ ਤੇ ਰੱਖੀਆਂ ਹੁੰਦੀਆਂ ਹਨ ਅਤੇ ਇਸੇ ਤਰ੍ਹਾਂ ਖੰਡ ਤੇ ਪੱਤੀ ਉਹ ਇੱਕ ਜਗ੍ਹਾ ਦੇ ਉੱਤੇ ਰੱਖੀ ਹੁੰਦੀ ਹੈ ਲੇਕਿਨ ਉਹਨਾਂ ਨੂੰ ਆਪਸ ਵਿੱਚ ਮਿਕਸ ਨਹੀਂ ਕੀਤਾ ਹੁੰਦਾ ਹਰ ਇੱਕ ਨੂੰ ਆਪਣੀ ਪ੍ਰੋਪਰ ਜਗ੍ਹਾ ਤੇਤੇ ਅਰੇਂਜਮੈਂਟ ਕੀਤਾ ਹੋਇਆ ਹੁੰਦਾ ਹੈ ਤਾਂ ਕਿ ਉਸ ਨੂੰ ਲੱਭਣ ਵਿੱਚ ਸੌਖ ਰਵੇ ਹੁਣ ਅਸੀਂ ਗੱਲ ਕਰਦੇ ਹਾਂ ਤੱਤਾਂ ਦੇ ਵਰਗੀਕਰਨ ਦੀ ਸਟਾਰਟਿੰਗ ਸੰਨ 1800 ਤੱਕ ਸਿਰਫ 30 ਤੱਤਾਂ ਦੀ ਹੀ ਜਾਣਕਾਰੀ ਸੀ ਬੱਚਿਓ ਆਪਾਂ ਨੂੰ ਸਿਰਫ 30 ਹੀ ਐਲੀਮੈਂਟਾਂ ਬਾਰੇ ਜਾਣਕਾਰੀ ਸੀ ਬਾਕੀ ਤੱਤਾਂ ਬਾਰੇ ਜੇ ਕੋਈ ਵੀ ਖੋਜ ਨਹੀਂ ਸੀ ਹੋਈ ਇਸ ਵਾਸਤੇ ਸਾਰੇ ਤੱਤਾਂ ਬਾਰੇ ਬਾਕੀ ਵਿਸ਼ੇਸ਼ਤਾਵਾਂ ਦਾ ਸਾਨੂੰ ਨਹੀਂ ਸੀ ਪਤਾ ਸਮੇਂ ਦੇ ਨਾਲ ਨਾਲ ਅਸੀਂ ਇੱਕ ਤੁਹਾਡੇ ਸਾਹਮਣੇ ਡਾਇਗਰਾਮ ਦੇਖ ਸਕਦੇ ਜੇ ਬੱਚੇ ਉੱਪਰ ਬਣਾਇਆ ਹਿਆ 1711 1711 ਵਿੱਚ ਸਿਰਫ 13 ਹੀ ਤੱਤਾਂ ਦੀ ਖੋਜ ਹੋਈ ਸੀ ਅਤੇ ਉਹਦੇ ਵਿੱਚ ਸਿਰਫ ਪ੍ਰੋਡਿਕ ਟੇਬਲ ਵਿੱਚ ਸਿਰਫ 11% ਤਾ ਅਵਰਤੀ ਪਸਾਰਣੀ ਸਾਡੀ ਜਿਹੜੀ ਆ ਉਹ ਬਣੀ ਸੀ ਮਤਲਬ ਸਾਡੇ ਅਜੇ ਜਾ ਲੋ ਲਗਭਗ 89% ਜਿਹੜਾ ਸੀ ਉਹ ਪ੍ਰੋਡਕਟ ਟੇਬਲ ਬਣਨ ਵਾਲਾ ਸੀ ਲੇਕਿਨ ਜਿਵੇਂ ਜਿਵੇਂ ਬੱਚੇ ਟਾਈਮ ਲੰਘਦਾ ਗਿਆ 1852 ਤੱਕ ਜਿਸ ਨੂੰ ਆਪਾਂ ਤੱਤਾਂ ਦੇ ਵਰਗੀਕਰਨ ਦੀ ਸਟਾਰਟਿੰਗ ਕਹਿ ਸਕਦੇ ਹਾਂ ਤਾਂ ਉਸ ਵੇਲੇ 53 ਐਲੀਮੈਂਟ ਖੋਜੇ ਜਾ ਚੁੱਕੇ ਸਨ ਜਿਨ੍ਹਾਂ ਵਿੱਚ ਹਾਈਡਰੋਜਨ ਪਹਿਲੇ ਨੰਬਰ ਤੇ ਸੀ ਤੁਸੀਂ ਦੇਖ ਸਕਦੇ ਜੀ ਅਲਲਿਥੀਅਮ ਬ੍ਰੀਲੀਅਮ ਮੈਗਨੀਸ਼ੀਅਮ ਕੈਲਸ਼ੀਅਮ ਸੋਡੀਅਮ ਪੋਟਾਸ਼ੀਅਮ ਸਟ੍ਰੀਡੀਅਮ ਬੇਰੀਅਮ ਬੋਰਨ ਕਾਰਬਨ ਨਾਈਟ੍ਰੋਜਨ ਆਕਸੀਜਨ ਐਲੂਮੀਨੀਅਮ ਸਿਲਿਕਨ ਫਾਸਫੋਰਸ ਸਰਫਰ ਕਲੋਰਿਨ ਹਾਂਜੀ ਇਹ ਕੁਝ ਤੱਤ ਨੇ ਮੈਂ ਬੋਲੇ ਜਿਹੜੇ ਇਸ ਤਰ੍ਹਾਂ ਦੇ 53 ਤੱਤ ਲਗਭਗ 45% ਲਗਭਗ ਹਾਫ ਡਨ ਹੋ ਚੁੱਕਾ ਸੀ ਹਾਫ ਤੱਤਾਂ ਦੀ ਖੋਜ ਹੋ ਚੁੱਕੀ ਸੀ ਜਿੰਨੇ ਕੇ ਅਸੀਂ ਚਾਹੁੰਦੇ ਸੀ ਪੀਰੀਅੋਡਿਕ ਟੇਬਲ ਬਣ ਚੁੱਕਾ ਸੀ ਲੇਕਿਨ ਅਜੇ ਹੋਰ ਹਾਫ ਲੱਭਣੇ ਵਾਲੇ ਬਾਕੀ ਸਨ ਹੁਣ ਇੰਨੇ ਤੱਤਾਂ ਬਾਰੇ ਸਾਰਿਆਂ ਨੂੰ ਸਹੀ ਤਰੀਕੇ ਨਾਲ ਅਰੇਂਜਮੈਂਟ ਕਰਨਾ ਬਹੁਤ ਜ਼ਰੂਰੀ ਸੀ ਸਮੇਂ ਦੀ ਮੰਗ ਸੀ ਕਿਉਂਕਿ ਸਸੇ ਉਹਨਾਂ ਦੇ ਤੱਤਾਂ ਦੇ ਹਿਸਾਬ ਦੇ ਨਾਲ-ਨਾਲ ਉਹਨਾਂ ਨੂੰ ਤਰਤੀਬ ਚ ਵੰਡਣਾ ਸੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਜਿਹੜੀ ਜਿਹੜੀ ਸਭ ਤੋਂ ਵੱਡੀ ਕਠਿਨਾਈ ਸਾਹਮਣੇ ਆਈ ਕਿ ਤੱਤਾਂ ਨੂੰ ਉਹਨਾਂ ਦੇ ਮਿਲਦੇ ਹੋਏ ਗੁਣਾਂ ਦੇ ਆਧਾਰ ਤੇ ਹੀ ਉਹਨਾਂ ਨੂੰ ਗਰੁੱਪਾਂ ਵਿੱਚ ਕਰਨਾ ਸੀ ਹੁਣ ਕਿਹੜੇ ਗੁਣ ਜਿਹੜੇ ਆ ਉਹਨਾਂ ਦੇ ਹਿਸਾਬ ਤੇ ਉਹਨਾਂ ਨੂੰ ਇਕੱਠਾ ਕੀਤਾ ਜਾ ਸਕੇ ਜਿਹੜੇ ਕਿ ਉਹਨਾਂ ਦੇ ਅਵਰਤੀ ਫੰਕਸ਼ਨ ਹੋਣ ਜਿਵੇਂ ਕਿ ਉਹਨਾਂ ਦੇ ਪੀਰਿਓਡਿਕ ਫੰਕਸ਼ਨ ਹੁਣ ਇਹ ਹੀ ਵਿਚਾਰ ਕੀਤਾ ਗਿਆ ਔਰ ਇਸੇ ਤਰ੍ਹਾਂ ਚਲਦਿਆਂ ਹੋਇਆਂ ਤੁਸੀਂ ਦੇਖ ਸਕਦੇ ਜੇ ਬੱਚਿਓ ਕਿ ਇਸੇ ਤਰ੍ਹਾਂ ਚਲਦੇ ਹੋਇਆਂ ਵਿਗਿਆਨੀਆਂ ਨੂੰ ਸਮੇਂ-ਸਮੇਂ ਤੱਤਾਂ ਦੇ ਗੁਣਾਂ ਦੀ ਵੱਤ-ਵਤ ਜਾਣਕਾਰੀ ਪ੍ਰਾਪਤ ਕਰਨੀ ਪਈ ਅਤੇ ਉਹਨਾਂ ਨੂੰ ਫਿਰ ਕਰਮਵਾਰ ਆਰਗੇਨਾਈਜ਼ ਸਿਸਟਮੈਟਿਕਲੀ ਕਰਨਾ ਪਿਆ ਵਿਗਿਆਨੀਆਂ ਨੇ ਇਹਨਾਂ ਤੱਤਾਂ ਦੇ ਗੁਣਾਂ ਵਿੱਚ ਅਜਿਹਾ ਪ੍ਰਤੀਰੂਪ ਲੱਭਣਾ ਸ਼ੁਰੂ ਕੀਤਾ ਜਿਸ ਦੇ ਆਧਾਰ ਤੇ ਮੁੱਖ ਰੱਖ ਕੇ ਤਤਾਂ ਨੂੰ ਵੱਡੀ ਗਿਣਤੀ ਵਿੱਚ ਧਿਆਨ ਕਰਨਾ ਸੌਖਾ ਹੋ ਸਕੇ ਹਾਂ ਬੱਚਿਓ ਦੇਖੋ ਜਿਸ ਤਰ੍ਹਾਂ ਮੈਡੀਕਲ ਸਟੋਰ ਤੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਅਲਫਾਬੈਟਿਕਲੀ ਦਵਾਈਆਂ ਨੂੰ ਲਗਾਇਆ ਹੁੰਦਾ ਹੈ ਅਤੇ ਏ ਵਾਲੀ ਵੱਖਰੀ ਬੀ ਵਾਲੀ ਵੱਖਰੀ ਤੇ ਜਦੋਂ ਆਪਾਂ ਕੋਈ ਵੀ ਦਵਾਈ ਜਾ ਕੇ ਜਿਵੇਂ ਮੌਕਸਲੀਨ ਦਾ ਕੈਪਸੂਲ ਮੰਗਦੇ ਹਾਂ ਤਾਂ ਉਹ ਏ ਵਾਲੇ ਡੱਬੇ ਵਿੱਚ ਜਾਏਗਾ ਔਰ ਉੱਥੇ ਐਂਟੀਬਾਇਓਟਿਕ ਵਿੱਚ ਵੇਖੇਗਾ ਤੇ ਉਸ ਨੂੰ ਲੱਭਣਾ ਸੌਖਾ ਹੋ ਜਾਏਗਾ ਇਸੇ ਤਰ੍ਹਾਂ ਤਤਾਂ ਨੂੰ ਉਹਨਾਂ ਦੇ ਉਤੇ ਗੁਣਾਂ ਦੇ ਆਧਾਰ ਤੇ ਉਨੇ ਨੂੰ ਵੱਖ ਕੀਤਾ ਗਿਆ ਹੁਣ ਅ ਬੱਚਿਓ ਸਮੇਂ ਦੇ ਨਾਲ ਨਾਲ ਇਸ ਵਰਗੀਕਰਨ ਦੀ ਬਹੁਤ ਲੋੜ ਪਈ ਤੁਸੀਂ ਜਾਣਦੇ ਜੇ ਕੀ ਤੁਸੀਂ ਜਾਣਦੇ ਜੇ ਬੱਚਿਓ ਕਿ ਹੁਣ ਤੱਕ ਕਿੰਨੇ ਤੱਤਾਂ ਨੂੰ ਲੱਭਿਆ ਜਾ ਚੁੱਕਾ ਹੈ ਖੋਜਿਆ ਜਾ ਚੁੱਕਾ ਹੈ ਕੀ ਤੁਸੀਂ ਗੈਸ ਕਰ ਸਕਦੇ ਹੋ ਹਾਂ ਬੱਚਿਓ ਅੱਜ ਤੱਕ 116 ਤੱਤਾਂ ਦੀ ਖੋਜ ਹੋ ਚੁੱਕੀ ਹੈ ਔਰ ਇਸ ਨੂੰ ਮਾਡਰਨ ਪੀਰੀਅਡਿਕ ਟੇਬਲ ਦੇ ਵਿੱਚ ਬੜੇ ਬਖੂਬੀ ਤਰੀਕੇ ਨਾਲ ਲਗਾਇਆ ਜਾ ਚੁੱਕਾ ਹੈ ਇਸੇ ਲਈ ਇਸੇ ਲਈ ਵਰਗੀਕਰਨ ਦੀ ਲੋੜ ਪਈ ਅਤੇ ਵਿਗਿਆਨੀਆਂ ਤੱਤਾਂ ਨੂੰ ਉਹਨਾਂ ਗੁਣਾਂ ਦੇ ਆਧਾਰ 'ਤੇ ਵਰਗੀਕਰਨ ਕਲਾਸੀਫਿਕੇਸ਼ਨ ਕੀਤੀ। ਔਰ ਇਸੇ ਹੀ ਕਲਾਸੀਫਿਕੇਸ਼ਨ ਕਰਕੇ ਹੀ ਪਿਆਰੇ ਵਿਦਿਆਰਥੀ ਤੁਸੀਂ ਦੇਖ ਸਕਦੇ ਹੋ ਸਮੇਤ ਤੱਤਾਂ ਦੇ ਨਾਲ-ਨਾਲ ਉਹ ਜਾਣਕਾਰੀ ਪ੍ਰਾਪਤ ਕੀਤੀ ਗਈ ਕਿ ਅੱਜ ਦੀ ਅਦਨੁਖ ਹਾਵਾਤੀ ਸਾਰਣੀ ਦਾ ਸਾਡੇ ਸਾਹਮਣੇ ਸੁਧਰਿਆ ਹੋਇਆ ਰੂਪ ਪ੍ਰਾਪਤ ਹੋਇਆ ਜਿਸ ਨੂੰ ਅਸੀਂ ਮਾਡਰਨ ਪੀਰੀਓਡਿਕ ਟੇਬਲ ਦੇ ਨਾਮ ਨਾਲ ਜਾਣਦੇ ਹਾਂ। ਮੈਸਲੀਨਸ ਨੂੰ ਬਣਾਇਆ ਸੀ ਬੱਚਿਓ ਤੁਸੀਂ ਇਹ ਦੇਖੋ 118 ਤਤਾਂ ਬਾਰੇ ਜਾਣਕਾਰੀ ਇਸ ਤਤ ਇਸ ਐਲੀਮੈਂਟ ਪੀਰੀਓਡੀਕ ਟੇਬਲ ਦੇ ਵਿੱਚ ਹੈ ਜੇ ਅਸੀਂ ਪਹਿਲੇ ਦੋ ਕਾਲਮਸ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਜੇ ਕਿ ਇਹ ਜਿਹੜਾ ਵਾ ਔਰ ਰੋਜ਼ ਦੇ ਵਿੱਚ ਸੱਤ ਰੋਜ਼ ਦੇ ਫਸਟ ਤੋਂ ਲੈ ਕੇ 7 ਤੱਕ ਹਾਈਡਰੋਨ ਲੈ ਕੇ ਫ੍ਰੈਂਕੀਅਮ ਤੱਕ ਸੱਤ ਜਿਹੜੇ ਹੈਗੇ ਨੇ ਰੋਜ਼ ਦੇ ਨੇ ਔਰ ਇਸ ਨੂੰ 18 ਗਰੁੱਪ ਬਣਾਏ ਗਏ ਨੇ ਦੋ ਐਸ ਦੇ ਗਰੁੱਪ ਤੁਸੀਂ ਦੇਖ ਸਕਦੇ ਜੇ ਪਹਿਲੇ ਦੋ ਫਿਰ ਆਪਣਾ ਇਸ ਤੋਂ ਬਾਅਦ ਜਿਨ੍ਹਾਂ ਨੂੰ ਆਪਾਂ ਅ ਅਲਕਲੀ ਮੈਟਲ ਅਲਕਲਾਈਨ ਅਰਥ ਮੈਟਲ ਬੋਲਦੇ ਆ ਉਸ ਤੋਂ ਬਾਅਦ ਡੀ ਬਲੌਕ ਆ ਗਏ ਬੱਚੇ ਇਹ ਤੁਸੀਂ ਦੇਖ ਸਕਦੇ ਜੇ ਸਕੈਂਡੀਅਮ ਤੋਂ ਸ਼ੁਰੂ ਹੋਇਆ ਅਤੇ ਜ਼ਿੰਕ ਤੱਕ ਇਹ ਸਾਡੇ 10 ਹੋ ਗਏ ਡੀ ਬਲੌਕ ਐਲੀਮੈਂਟਸ ਦੋ ਐਸ ਬਲੌਕ ਹੋ ਗਏ ਟੋਟਲ ਹੋ ਗਏ 12 ਤੇ 6 ਆਪਣੇ ਕੋਲ ਬੱਚੇ ਬੋਰੋਨ ਤੋਂ ਸ਼ੁਰੂ ਹੁੰਦੇ ਜੇ ਨੀਓਨ ਤੱਕ ਜਾਂਦੇ ਜੇ 6 ਸਾਡੇ ਕੋਲ ਗਰੁੱਪ ਹੋ ਗਏ ਪੀ ਬਲੌਕ ਦੇ ਇਹਨਾਂ ਨੂੰ ਰਿਪ੍ਰੀਜ਼ੈਂਟ ਐਲੀਮੈਂਟਸ ਕਿੰਨੇ ਹਾਂ ਇਸ ਤਰ੍ਹਾਂ ਟੋਟਲ ਬੱਚੇ ਆਪਾਂ ਜੇ ਇੱਕ ਗੌਰ ਕਰੀਏ ਤਾਂ 18 60 ਕੁ ਗਰੁੱਪ ਹੋ ਗਏ ਨੇ ਅਤੇ 6 7 ਸਾਡੇ ਕੋਲ 1 2 3 4 5 6 7 7 ਸਾਡੇ ਕੋਲ ਉਹਨਾਂ ਦੇ ਰੋਸ ਹੋ ਗਈਆਂ ਕਾਲਮ ਹੋ ਗਏ ਅਤੇ ਇਹਨਾਂ ਨੂੰ ਅਸੀਂ ਇਸ ਹਿਸਾਬ ਦੇ ਨਾਲ ਅਸੀਂ ਅਰੇਂਜ ਕੀਤਾ ਤੁਸੀਂ ਦੇਖ ਸਕਦੇ ਜੇ ਬੱਚੇ ਕਿ ਇਹ ਜਿਹੜਾ ਪਹਿਲੇ ਜਿਹੜਾ ਰੋ ਦੇ ਵਿੱਚ ਪਹਿਲੇ ਪੀਰੀਅਡ ਵਿੱਚ 7 ਪੀਰੀਅਡ ਹੋ ਗਏ ਨਾ ਆਪਣੇ ਕੋਲ ਤਾਂ ਪਹਿਲੇ ਜਿਸ ਤਰ੍ਹਾਂ ਸਕੂਲ ਦੇ ਵਿੱਚ ਪੀਰੀਅਡ ਲੱਗਦੇ ਐ ਇਸੇ ਤਰ੍ਹਾਂ ਇਹਨਾਂ ਨੇ ਪੀਰੀਅਡ ਬਣਾ ਲਏ ਆਪਾਂ ਪਹਿਲੇ ਪੀਰੀਅਡ ਵਿੱਚ ਬੱਚਿਓ ਤੁਸੀਂ ਦੇਖ ਸਕਦੇ ਜੇ ਦੋ ਆਉਂਦੇ ਆ ਇਹੀ ਮੈਜਿਕ ਨੰਬਰ ਸੀ 288 ਦੂਜੇ ਵਿੱਚ 8 ਤੇਜੇ ਵਿੱਚ 8 ਐਲੀਮੈਂਟ ਪਹਿਲੇ ਵਿੱਚ ਦੋ ਹਾਈਡਰੋਜਨ ਤੇ ਹੀਲੀਅਮ ਦੂਜੇ ਵਿੱਚ 8 ਲੀਥੀਅਮ ਤੋਂ ਲੈ ਕੇ ਨੀਓਨ ਤੱਕ ਸੋਡੀਅਮ ਤੋਂ ਲੈ ਕੇ ਆਰਗਨ ਤੱਕ 8 8 ਅੱਗੇ ਫਿਰ 18 18 ਫਿਰ 32 32 ਆਉਣਗੇ ਇਹ ਅਸੀਂ ਆਪਣੇ ਇਸ ਸਿਧਾਂਤ ਤੇ ਅਸੀਂ ਇਹਨਾਂ ਨੂੰ 118 엘িমੈਂਟਸ ਨੂੰ ਲਗਾਇਆ ਵਿਦਿਆਰਥੀਓ ਅਸੀਂ ਇਸ ਬਾਰੇ ਬਹੁਤ ਸਾਰੇ ਵਿਗਿਆਨੀਆਂ ਨੇ ਯੋਗਦਾਨ ਦਿੱਤਾ ਆਪਾਂ ਸਟਾਰਟ ਕਰਦੇ ਹਾਂ ਇਸ ਪੀਰੀਓਡਿਕ ਟੇਬਲ ਦੀ ਬੰਦੀ ਕਹਾਣੀ ਇਹਦੀ ਸਟੋਰੀ ਦੀ ਅੱਜ ਆਪਾਂ ਜ ਸ਼ੁਰੂਆਤ ਕਰਦੇ ਹਾਂ ਡਾਬਨਰ ਤੋਂ ਡਾਬਨਰ ਪਹਿਲਾ ਵਿਗਿਆਨੀ ਸੀ ਜਿਸ ਨੇ ਇਸ ਬਾਰੇ ਖੋਜਿਆ ਅਤੇ ਪਤਾ ਲਗਾਇਆ ਕਿ ਡਾਬਨਰ ਨੇ ਪੀਰੀਓਡਿਕ ਟੇਬਲ ਬਣਾਉਣ ਦਾ ਸਿਹਰਾ ਉਸਦੇ ਸਿਰ ਜਾਂਦਾ ਹੈ ਅਸੀਂ ਜੇਕਰ ਡਾਬਨਰ ਦੀ ਤਕਲੀ ਦੀ ਗੱਲ ਕਰੀਏ ਡਾਇਬਨਰ ਨੇ ਇੱਕ ਤਿਕੜੀ ਬਣਾਈ ਤਿਕੜੀ ਤੁਸੀਂ ਜਾਣਦੇ ਜੇ ਤਿਕੜੀ ਦਾ ਮਤਲਬ ਹੁੰਦਾ ਤਿੰਨ ਤਿੰਨ ਤੱਤਾਂ ਤੋਂ ਲਿਆ ਗਿਆ ਟ੍ਰਾਈਐਟਸ ਡਾਇਬਨਰ ਟ੍ਰਾਈਐਟਸ ਦਾ मीनिंग ਤਿੰਨ ਤਿਕੜੀਆਂ ਦਾ ਸੀ ਔਰ ਇਹ ਤਿੰਨ ਤਿਕੜੀਆਂ ਤੁਸੀਂ ਦੇਖ ਸਕਦੇ ਜੇ ਬੱਚਿਓ ਤੁਹਾਡੇ ਸਾਹਮਣੇ ਨੇ ਔਰ ਇਹਦੇ ਵਿੱਚ ਤਿੰਨ ਐਲੀਮੈਂਟਸ ਨੂੰ ਲਿਆ ਉਸ ਤੋਂ ਪਹਿਲਾਂ ਆਪਾਂ ਉਸ ਦੀ ਬ੍ਰੀਫ ਹਿਸਟਰੀ ਬਾਰੇ ਗੱਲ ਕਰਦੇ ਹਾਂ ਜੌਨ ਵੁਲਫਗਾਰਡ ਡਾਇਬਨਰ 1780 ਤੋਂ ਲੈ ਕੇ 1859 ਨੰਦਾ ਜਨਮ ਕਾਲ ਤੋਂ ਲੈ ਕੇ ਮੌਤ ਤੱਕ ਦਾ ਵਿਰਵਾਜੇ ਜੌਨ ਵੁਲਫਰਡ ਡਾਰਮਰ ਜਰਮਨੀ ਦੇ ਮਿਊਸਬਰਗਰ ਵਿੱਚ ਪੈਦਾ ਹੋਏ ਸਨ ਫਾਰਮੇਸੀ ਦੀ ਪੜ੍ਹਾਈ ਕੀਤੀ ਉਸ ਤੋਂ ਮਗਰੋਂ ਸਟੇਰਬਰਗ ਵਿੱਚ ਸੈਨਿਕ ਵਿਗਿਆਨ ਦਾ ਧਿਆਨ ਕੀਤਾ ਫਿਰ ਉਹ ਜੀਨਾ ਵਿਸ਼ਵ ਯੂਨੀਵਰਸਿਟੀ ਦੇ ਵਿੱਚ ਸੈਨਿਕ ਵਿਗਿਆਨ ਤੇ ਫਾਰਮੇਸੀ ਦੇ ਪ੍ਰੋਫੈਸਰ ਬਣ ਗਏ ਉਹਨਾਂ ਨੇ ਸਭ ਤੋਂ ਪਹਿਲਾਂ ਪਲੈਟੀਨਮ ਦੇ ਉਤਪ੍ਰੇਰਕ ਵੱਜੋਂ ਪਛਾਣ ਬਣਾਈ ਅਤੇ ਉਹਨਾਂ ਨੂੰ ਇਸ ਟਿਕੜੀ ਦੀ ਖੋਜ ਕਰਕੇ ਅਵਾਰਡ ਵੀ ਮਿਲਿਆ ਜਿਸ ਨੂੰ ਅਸੀਂ ਬਾਅਦ ਇਸਾਨੀ ਵਿੱਚ ਪੜਾਂਗੇ ਡਾਇਬਨੇ ਟਿਕਰੀ ਦੀ ਸ਼ੁਰੂਆਤ ਕਰੀਏ ਡਾਇਬਨੇਰੇ ਟ੍ਰਾਈਵਰਸ ਵਿੱਚ ਤਤਾਂ ਦੀ ਭੌਤਿਕ ਵਿਸ਼ੇਸ਼ਤਾ ਦੁਆਰਾ ਕੁਝ ਲੌਜੀਕਲ ਕਰਮ ਨੂੰ ਕਰਮਬੱਧ ਕਰਨ ਦੀ ਇੱਕ ਸ਼ੁਰੂਆਤ ਕੀਤੀ ਗਈ ਸੀ ਉਸ ਤੋਂ ਦੇਖਦਾ ਹੈ ਕਿ ਜੇ ਆਪਾਂ ਐਲਕਲਾਈਨ ਅਸਮੈਟਲ ਦੀ ਗੱਲ ਕਰੀਏ ਸਟੈਂਟਿਅਮ ਦੀ ਵਿਸ਼ੇਸ਼ਤਾ ਹੁੰਦੀ ਸੀ ਕਿ ਉਹ ਕੈਲਸ਼ੀਅਮ ਤੇ ਬੇਰੀਅਮ ਦੇ ਵਿਚਕਾਰ ਸੀ ਅਤੇ ਉਹਦੇ ਗੁਣ ਉਹਨਾਂ ਨਾਲ ਮਿਲਦੇ ਸਨ ਇਸੇ ਤਰ੍ਹਾਂ ਡਾਰਮਨਲ ਨੇ ਤਿੰਨ ਤੱਤਾਂ ਦਾ ਇੱਕ ਹੋਰ ਸਮੂਹ ਲੱਭੇ ਜਿਨ੍ਹਾਂ ਨੂੰ ਟ੍ਰਾਈਏਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜਿਨ੍ਹਾਂ ਦੇ ਭੂਤ ਗੁਣ ਵੀ ਇਸੇ ਤਰ੍ਹਾਂ ਇਸ ਨਾਲ ਸੰਬੰਧਿਤ ਸਨ ਹੁਣ ਆਪਾਂ ਬੱਚਿਓ ਡਰਾਇਬ੍ਰੇਨਰਸ ਦੀ ਗੱਲ ਕਰੀਏ ਤਾਂ ਉਹਨਾਂ ਤਿੰਨ ਟ੍ਰੇਡਾਂ ਬਣਾਈਆਂ ਤਿੰਨ ਤਿਕੜੀਆਂ ਬਣਾਈਆਂ ਜਿਨ੍ਹਾਂ ਬਾਰੇ ਆਪਾਂ ਪੜਾਂਗੇ ਟ੍ਰਾਈਬਲ ਨੇ ਅਕਰਝਾਨ ਨੂੰ ਬਣਾਇਆ ਜਿਸ ਨਾਲ ਤਿਕੜੀ ਦੇ ਮੱਧ ਦਾ ਮੁੱਲ ਬਾਕੀ ਦੋ ਤੱਤਾਂ ਦੇ ਬਿਲਕੁਲ ਮਦਬਾਨ ਦੇ ਲਗਭਗ ਮਦਬਾਨ ਦੇ ਸਮਾਨ ਹੁੰਦਾ ਸੀ ਕੈਮ ਤੋਂ ਭਾਬ ਜੇਕਰ ਡਾਇਬਨੋਲ ਦੀ ਆਪਾਂ ਤਿਕੜੀ ਦੀ ਗੱਲ ਕਰੀਏ ਤਾਂ ਆਪਣੇ ਸਾਹਮਣੇ ਅਲਕਲੀ ਤੇ ਸਾਲਟ ਆਪਾਂ ਪਹਿਲਾਂ ਅਲਕਲੀ ਫਾਰਮਰ ਦੀ ਗੱਲ ਕਰੀਏ ਸਾਹਦੇ ਸਾਹਮਣੇ ਇਹ ਅਲਕਲਿਸ ਫਾਰਮਰਸ ਹੈਗੇ ਨੇ ਲੀਥੀਅਮ ਦੀ ਗੱਲ ਕਰੀਏ ਤਾਂ ਲੀਥੀਅਮ ਦੇ ਵਿੱਚ ਆਪਾਂ ਦੇਖਿਆ ਕਿ ਇਹਦੇ ਵਿੱਚ ਲੀਥੀਅਮ ਦਾ ਐਟੋਮਿਕ ਮਾਸ 7 सी परमाणु ਪਹੁੰਚ 7 सी ਪੋਟਾਸ਼ੀਅਮ ਦਾ 39 ਸੀ ਆਪਾਂ ਇਹਦਾ ਮੀਨ ਕੱਢ ਲਿਆ ਬੱਚੇ ਤਾਂ ਇਹ ਆ ਗਿਆ 7 39 46 2 23 ਜਿਹੜਾ ਕਿ ਸੋਡੀਅਮ ਵਿਚਕਾਰ ਵਾਲਾ ਮਿਡਲ ਵਾਲਾ ਸੋਡੀਅਮ ਦੇ ਪਰਮਾਣੂ ਪਹੁੰਚਦੇ ਬਰਾਬਰ ਸੀ ਮੀਨਿੰਗ ਕਹਿਣ ਦਾ ਭਾਵ ਫਰਸਟ ਤੇ ਲਾਸਟ ਟਿੱਕੜੀ ਦੇ ਵਿੱਚ ਪਹਿਲੇ ਤੇ ਤੀਸਰੇ ਤਤਾਂ ਦਾ ਮੀਨ ਐਵਰੇਜ ਮੀਨ ਕੱਢਿਆ ਜਾਵੇ ਤਾਂ ਉਹ ਲਗਭਗ ਜਾਂ ਬਿਲਕੁਲ ਵਿਚਕਾਰ ਵਾਲੇ ਦੇ ਬਰਾਬਰ ਸੀ ਇਸ ਕੇਸ ਤੁਸੀਂ ਦੇਖ ਸਕਦੇ ਬਿਲਕੁਲ ਹੀ ਬਰਾਬਰ ਸੀ 23 ਬਰਾਬਰ 23 ਮਤਲਬ ਵਿਚਕਾਰ ਵਾਲੇ ਦਾ ਮੀਨ ਬਾਕੀ ਦੋਆਂ ਦੇ ਦੇ ਵਿਚਕਾਰ ਵਾਲੇ ਦਾ ਪਰਮਾਣੂ ਪਹੁੰਚ ਦੁੱਧਿਆਂ ਦੇ ਦੋਆਂ ਦੇ ਮੀਨ ਦੇ ਬਰਾਬਰ ਆ ਗਿਆ ਇਸ ਤਰ੍ਹਾਂ ਆਪਾਂ ਕੋਲਰਿਨ ਦੀ ਗੱਲ ਕਰੀਏ ਕੋਲਰਿਨ ਦਾ ਪਰਮਾਣੂ ਪਹੁੰਚ 35.5 ਆਇਓਡੀਨ ਦਾ 127 ਦੋਨਾਂ ਦਾ ਮੀਨ ਕੱਢਿਆ ਜਾਵੇ ਤੁਸੀਂ ਦੇਖ ਸਕਦੇ ਜੇ 35.5 ਨੂੰ 127 ਦਾ ਹਾਫ ਕੀਤਾ ਤਾਂ 81.5 ਜਿਹੜਾ ਕਿ ਲਗਭਗ ਬਰਾਬਰ ਆ ਗਿਆ ਅਪਰੋਕਸੀਮੇਟਲੀ ਇਕੁਅਲ ਆ ਗਿਆ ਬ੍ਰੋਮਿੰਦੇ 80 ਦੇ ਲਾਗੇ ਇਸ ਤਰ੍ਹਾਂ ਇਹ ਤਿਕੜੀ ਦਾ ਨਿਯਮ ਇਸ ਤੇ ਅਪਲਾਈ ਹੋ ਗਿਆ ਕਿਉਂਕਿ ਤਿਕੜੀ ਦਾ ਨਿਯਮ ਦੇ ਅਨੁਸਾਰ ਮਿਡਲ ਵਾਲਾ ਜਿਹੜਾ ਹੈਗਾ ਤਤ ਹੈ ਬਾਕੀ ਦੋ ਤੱਤਾਂ ਦੇ ਮਦਮਾਨ ਜਾਂ ਲਗਭਗ ਮਦਮਾਨ ਦੇ ਬਰਾਬਰ ਹੁੰਦਾ ਹੈ ਇਸ ਦੀਆਂ ਕੁਝ ਬੱਚਿਓ ਜਿੱਥੇ ਕੁਝ ਖੂਬੀਆਂ ਸਨ ਕਿ ਪਹਿਲੀ ਸੀ ਪਹਿਲੀ ਕੋਸ਼ਿਸ਼ ਸੀ ਔਰ ਬੜੀ ਸਫਲ ਕੋਸ਼ਿਸ਼ ਸੀ ਇਹਦੇ ਨਾਲ ਆਪਾਂ ਤਿੰਨ ਟਿਕੜੀਆਂ ਬਣਾਈਆਂ ਸੀ ਆਪਾਂ ਜਾਣਦੇ ਹਾਂ ਤੁਸੀਂ ਪੜ੍ਹ ਵੀ ਲਈਆਂ ਹਨ ਤਿੰਨ ਟਿਕੜੀਆਂ ਬਾਰੇ ਤਿੰਨ ਟਿਕੜੀਆਂ ਬਣਾਈਆਂ ਸੀ ਨੋ ਐਲੀਮੈਂਟਸ ਨੂੰ ਨੇ ਅਰੇਂਜ ਕਰ ਲਿਆ ਸੀ ਔਰ ਇਹ ਪਹਿਲੀ ਸਫਲੋਸ ਹੀ ਬੜੀ ਸਫਲ ਰਹੀ ਪਰ ਇਸ ਦੀਆਂ ਕੁਝ ਕਮੀਆਂ ਸਨ ਡਰਾਬੈਕਸ ਸਨ ਉਸ ਕਮੀਆਂ ਬਾਰੇ ਅੱਜ ਆਪਾਂ ਪੜ੍ਹਾਂਗੇ ਡੋਬੀਆ ਸਿਰਫ ਤਿੰਨ ਹੀ ਟ੍ਰਾਈਡਾਂ ਦੀ ਤਿੰਨ ਹੀ ਟਿਕੜੀਆਂ ਬਣਾ ਸਕਿਆ ਕਿਉਂਕਿ ਬਹੁਤ ਬਾਰੇ ਉਸ ਦੀ ਜਿਹੜੀ ਇਹ ਟਿਕੜੀਆਂ ਦੀ ਗਿਣਤੀ ਨਹੀਂ ਵਧਾ ਸਕਿਆ ਇਸ ਲਈ ਉਹ ਇਹਦੀ ਪਹਿਲੀ ਕਮੀ ਸੀ ਸਾਰੇ ਜਾਣੇ ਪਛਾਨ ਤੱਤਾਂ ਦੇ ਟ੍ਰਾਈਡੋਸ ਵਿੱਚ ਪ੍ਰਬੰਧ ਨਹੀਂ ਕੀਤੇ ਜਾ ਸਕਦੇ ਉਸ ਤੋਂ ਇਲਾਵਾ ਉਹਨੇ ਬਾਕੀਆਂ ਜੀ ਕੋਸ਼ਿਸ਼ ਕੀਤੀ ਲੇਕਿਨ ਉਹਤ ਕੁੱਲ ਇਹ ਸਬੰਧ ਟ੍ਰਾਈਐਡਸ ਨਹੀਂ ਬਣਿਆ ਤੀਜਾ ਜਿਹੜਾ ਉਹ ਇਹ ਸੀ ਕਿ ਉਹ ਬਹੁਤ ਘੱਟ ਜਨਤਕ ਜਾਂ ਬਹੁਤ ਜ਼ਿਆਦਾ ਪੁੰਜ ਵਾਲੇ ਤੱਤਾਂ ਲਈ ਕਾਨੂੰਨ ਵਧੀਆਂ ਨਹੀਂ ਸੀ ਹੁਣ ਫਲੋਰਿਨ ਕਲੋਰੀਨ ਬ੍ਰੋਮਿਨ ਦੀ ਧਾਰਨੋਂ ਨੇ ਦਿੱਤੀ ਹੋਈ ਹੈ ਇਨਾਂ ਦੇ ਉੱਤੇ ਇਹ ਨਿਯਮ ਨਹੀਂ ਲੱਗਦਾ ਬੱਚੇ ਆਪਾਂ ਪੜਿਆ ਹੀ ਹੈ ਆਇਓਡੀਨ ਸੋਡੀਅਮ ਕਲੋਰਿਨ ਆਇਓਡੀਨ ਆਪਾਂ ਪੜਿਆ ਹੀ ਹੋਇਆ ਸਾਰਿਆਂ ਤੇ ਲੱਗਦਾ ਸੀ ਲੇਕਿਨ ਕਲੋਰਿਨ ਬ੍ਰੋਮੀਨ ਆਇਓਡੀਨ ਦੇ ਵਿੱਚ ਲੱਗਾ ਲੇਕਿਨ ਫਲੋਰਿਨ ਕਲੋਰਿਨ ਬ੍ਰੋਮੀਨ ਦੇ ਵਿੱਚ ਇਹ ਨਿਯਮ ਨਹੀਂ ਲੱਗਦਾ ਇਸ ਕਰਕੇ ਇਹ ਦੀ ਕਮੀ ਰਹੀ ਅਸੀਂ ਇਸ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਇਆ ਵਿਗਿਆਨੀ ਸਮੇਂ-ਸਮੇਂ ਤੇ ਉੱਤੇ ਆਪਣੀਆਂ ਕੋਸ਼ਿਸ਼ਾਂ ਕਰਦੇ ਰਹੇ ਲੇਕਿਨ ਇਹ ਮੀਲਸ ਪੱਥਰ ਸਾਬਤ ਹੋਇਆ ਬਾਕੀਆਂ ਵਾਸਤੇ ਔਰ ਉਹਨਾਂ ਨੇ ਇਸ ਤੋਂ ਪ੍ਰੇਰਣਾ ਲੈ ਕੇ ਗਾੜੀ ਆਪਣੀਆਂ ਜਿਹੜੀਆਂ ਗਤੀਵਿਧੀਆਂ ਤਿਆਰ ਰੱਖੀਆਂ ਔਰ ਇਸ ਤੋਂ ਬਾਅਦ ਨਿਊ ਲੈਂਡ ਜੌਨ ਲੀਨ ਲੈਂਡ ਨੇ ਅਸਟਿਕ ਦਾ ਸਿਧਾਂਤ ਦਿੱਤਾ ਆਕਟਿਵ ਰੂਲ ਦਾ ਸਿਧਾਂਤ ਦਿੱਤਾ ਮੱਚੇ ਇਹ ਉਹ ਵਿਗਿਆਨੀ ਬੜਾ ਸੰਗੀਤ ਪ੍ਰੇਮੀ ਸੀ ਸੰਗੀਤ ਨਾਲ ਪਿਆਰ ਕਰਨ ਵਾਲਾ ਸੀ ਅਤੇ ਇਸੇ ਕਾਰਨ ਕਰਕੇ ਇਸ ਨੇ ਸਾਇਨਿਕ ਵਿਗਿਆਨ ਦੇ ਤੱਤਾਂ ਨੂੰ ਆਪਣੇ ਸੰਗੀਤ ਦੇ ਵਿੱਚ ਪਰੋਲਿਆ ਅਤੇ ਇਸੇ ਕਰਕੇ ਇਸ ਨੂੰ ਅਸਟਿਕ ਵਿਗਿਆਨ ਦਾ ਸਿਧਾਂਤ ਦਿੱਤਾ ਗਿਆ ਤੁਸੀਂ ਜਾਣਦੇ ਜੇ ਜਿਸ ਤਰ੍ਹਾਂ ਸੰਗੀਤ ਦੇ 7 ਸੁਰਾਂ ਹੁੰਦੀਆਂ ਨੇ ਇਸੇ ਤਰ੍ਹਾਂ ਇਸ ਨੇ ਵੀ ਐਲੀਮੈਂਟਸ ਨੂੰ ਬਿਲਕੁਲ ਸੰਗੀਤ ਦੀ ਤਰ੍ਹਾਂ ਹੀ ਅਰੇਂਜਮੈਂਟ ਕੀਤਾ ਅਤੇ ਉਹਨਾਂ ਨੂੰ ਉਹਨਾਂ ਦੇ ਵਾਧੇ ਕਰਮ ਦੇ ਵਿੱਚ ਅਰੇਂਜਮੈਂਟ ਕੀਤਾ ਤੁਸੀਂ ਦੇਖ ਹੀ ਸਕਦੇ ਜੇ ਜਿਸ ਤਰ੍ਹਾਂ ਸੰਗੀਤ ਦੀਆਂ 7 ਸੁਰਾਂ ਹੁੰਦੀਆਂ ਹਨ ਆਪਾਂ ਟੇਬਲ ਤੇ ਦੇਖ ਹੀ ਲਈਏ ਐਸ ਸਸੁਰਾਂ ਬੱਚੇ ਅਸ ਨੂੰ ਮਿਊਜ਼ੀਕਲ ਨੋਟਸ ਆਪਾਂ ਕਿੰਨੇ ਆ ਸਾ ਰੇ ਗਾ ਮਾ ਪਾ ਦਾ ਨੀ ਸਾ ਜਿਸ ਤਰ੍ਹਾਂ ਹਰ ਅਠਵੀਂ ਸੁਰ ਪਹਿਲੀ ਸੁਰ ਨਾ ਮਿਲਦੀ ਹੈ ਸਾ ਰੇ ਗਾ ਮਾ ਪਾ ਦਾ ਨੀ ਸਾ ਸਾ ਫੇਰਾ ਆ ਗਿਆ ਬੱਚੇ ਇਸੇ ਤਰ੍ਹਾਂ ਜੇਕਰ ਨਿਊ ਲੈਂਡ ਨੇ ਕਿਹਾ ਜੇਕਰ ਆਪਾਂ ਤੱਤਾ ਨੂੰ ਉਹਨਾਂ ਦੇ ਵਾਦੇ ਹੋਏ ਪਰ ਮਾਣੂ ਪੁੰਜ ਦੇ ਹਿਸਾਬ ਨਾਲ ਅਰੇਂਜਮੈਂਟ ਐਟੋਮਿਕ ਮਾਸ ਦੇ ਹਿਸਾਬ ਨਾਲ ਅਰੇਂਜਮੈਂਟ ਕਰਦੇ ਆ ਵੀ ਅਰੇਜ ਥੈਮ ਇਨਕਰੀਜ਼ਿੰਗ ਆਰਡਰ ਆਫ देयर ਐਟੋਮਿਕ ਮਾਸ ਥੈਨ ਐਵਰੀ 8 ਐਲੀਮੈਂਟ ਵਿਲ ਬੀ ਸੇਮ ਐਸ 뎃 ਆਫ ਫਰਸਟ ਐਲੀਮੈਂਟ ਮਤਲਬ 8ਵੀਂ ਐਲੀਮੈਂਟ ਦਾ 8ਵੇਂ ਤੱਤ ਦਾ ਪਹਿਲੇ ਤੱਤ ਨਾਲ ਗੁਣ ਮਿਲਣਗੇ ਵਾਕਿਆ ਹੀ ਆਪਾਂ ਹਾਈਡਰੋਜਨ ਤੋਂ ਸ਼ੁਰੂਆਤ ਕਰਦੇ ਆ ਸਭ ਤੋਂ ਹਲਕਾ ਤੱਤ ਸੀ ਔਰ ਸਭ ਤੋਂ ਹੀ ਜਿਹੜਾ ਉਸ ਵੇਲੇ 56 ਵਿੱਚ ਸਭ ਤੋਂ ਹੀ ਜ਼ਿਆਦਾ ਜਿਹੜਾ ਹੈਗਾ ਸੀ ਉਸਨੇ ਅਰੇਂਜ ਕੀਤਾ ਔਰ ਉਸਨੇ ਦੇਖਿਆ ਕਿ ਹਰ ਅਠਵਾਂ ਤੱਤ ਪਹਿਲੇ ਤੱਤ ਨਾਲ ਮਿਲਦਾ ਹੈ ਜ਼ਰੂਰੀ ਨਹੀਂ ਹਾਈਡਰੋਜਨ ਤੋਂ ਸ਼ੁਰੂਆਤ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਅਠਵਾਂ ਤੱਤ ਫਲੋਰਿਨ ਆਉਂਦਾ ਹੈ ਤਾਂ ਉਹ ਫਲੋਰਿਨ ਜਿਹੜਾ ਹੈ ਉਹ ਬਿਲਕੁਲ ਹਾਈਡਰੋਜਨ ਨਾਲ ਮਿਲਦਾ ਹੈ ਜੇ ਆਪਾਂ ਬੱਚਿਓ ਲੀਥੀਅਮ ਛੱਡ ਕੇ ਬਰਿਲੀਅਮ ਬਰਿਲੀਅਮ ਤੋਂ ਸ਼ੁਰੂਆਤ ਕਰਦੇ ਜਾਂ ਬੋਰੋਨ ਤੋਂ ਸ਼ੁਰੂਆਤ ਕਰ ਦਿੰਦੇ ਹਾਂ ਬੱਚੇ ਤਾਂ ਬੋਰਨ ਤੋਂ ਸ਼ੁਰੂਆਤ ਕਰਦੇ ਹੋਏ ਆਪਾਂ ਗਾੜੀ ਚਲਦੇ ਹਾਂ 1 2 ਕਾਰਬਨ 2 ਆ ਗਿਆ ਨਾਈਟਰੋ 3 ਹੌਸਿਨ 4 5 6 ਸੋਡੀਅਮ 6 7 ਮੈਗਨੀਸ਼ੀਅਮ 8ਵਾਂ ਅਲਮੀਨੀਅਮ ਆ ਗਿਆ ਬੱਚੇ ਤਾਂ 8ਵਾਂ ਜਿਹੜਾ ਅਲਮੀਨੀਅਮ ਸੀ ਉਹ ਬੋਰਨ ਦੇ ਨਾਲ ਬਿਲਕੁਲ ਮਿਲਦਾ ਸੀ ਉਹਦੇ ਗੁਣ ਸਮਾਨ ਸਨ ਤਾਂ ਉਹ ਫਿਰ ਅਸ਼ਟਿਕ ਦਾ ਨਿਯਮ ਆਕਟੇਟ ਰੂਲ ਅਪਲਾਈ ਹੋ ਗਿਆ ਲਗਭਗ ਕੈਲਸ਼ੀਅਮ ਤੱਕ ਸਾਰਿਆਂ ਤੇ ਇਹ ਨਿਯਮ ਅਪਲਾਈ ਹੁੰਦਾ ਗਿਆ ਅਤੇ ਇਸ ਨਿਯਮ ਨੂੰ ਆਧਾਰ ਮੰਨਿਆ ਗਿਆ ਕਲੋਡਿਕ ਕਲਾਸੀਫਿਕੇਸ਼ਨ ਵਾਸਤੇ ਔਰ ਇਸ ਦੀ ਬਹੁਤ ਚਰਚਾ ਹੋਈ ਕਿਉਂਕਿ ਇਹ ਪਹਿਲਾ ਗੁਣ ਸੀ ਜਿਹੜਾ ਕਿ ਸੰਗੀਤ ਦੀਆਂ ਸੁਰਾਂ ਦੇ ਨਾਲ ਅਟੈਚਮੈਂਟ ਕਰਕੇ ਬਣਾਇਆ ਗਿਆ ਸੀ ਅਤੇ ਬਹੁਤ ਸਫਲ ਹੋਇਆ ਚਲੋ ਬੱਚੇ ਆਪਾਂ ਇਹਦੇ ਬਾਰੇ ਗਾੜੀ ਵਿਚਾਰ ਕਰਦੇ ਹਾਂ ਕਿ ਕੀ ਸੀ ਇਹ ਗੁਣ ਭਾਰਤੀ ਸੰਗੀਤ ਪ੍ਰਣਾਲੀ ਵਿੱਚ ਆਪਾਂ ਸਾਸੁਰਾਂ ਬਾਰੇ ਜਾਣਦੇ ਹਾਂ ਸਾਹਰੇ ਗਾਵਾਂ ਪਾਦਾ ਨੀਸਾ ਇਸੇ ਤਰ੍ਹਾਂ ਪੱਛਮੀ ਸੰਗੀਤ ਵਿੱਚ ਲੋਕ ਵੀ ਇਹਨਾਂ ਦਾ ਪ੍ਰਯੋਗ ਕਰਦੇ ਹਨ ਉਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਡੀ ਰੇ ਮੀ ਫਾ ਸਾ ਲੀ ਟੀ ਇਹ ਸੁਰਾਂ ਦਾ ਉਪਯੋਗ ਹੁੰਦਾ ਹੈ ਅਤੇ ਇਹੀ ਸੁਰਾਂ ਦਾ ਕੋਈ ਸੰਗੀਤਕਾਰ ਗੀਤ ਦੀ ਰਚਨਾ ਵਿੱਚ ਵੀ ਵਰਤੋਂ ਕਰਦਾ ਹੈ ਜਿੰਨੇ ਵੀ ਕੰਪੋਜ਼ ਕਰਦੇ ਨੇ ਗੀਤਕਾਰ ਉਹ ਸਾਰੇ ਹੀ ਇਹਨਾਂ ਦੀ ਵਰਤੋਂ ਕਰਦੇ ਹਨ ਤੇ ਇਸ ਸੁਭਾਵਿਕ ਤੌਰ ਦਿੱਤੇ ਕੁਝ ਸੁਰ बार-बार ਆਉਂਦੇ ਹਨ ਤੇ ਹਰ ਅਠਵਾਂ ਸੁਰ ਪਹਿਲੇ ਸੁਰ ਦੇ ਨਾਲ ਮਿਲਦਾ ਹੈ ਇਸ ਨੂੰ ਅਗਲੀ ਪੰਕਤੀ ਦਾ ਸੁਰ ਵੀ ਹੁੰਦਾ ਹੈ ਇਸੇ ਤਰ੍ਹਾਂ ਬੱਚੇ ਆਪਾਂ ਗਾੜੀ ਚਲਦੇ ਹਾਂ ਤਾਂ ਇਸ ਨੂੰ ਨਿਊ ਲੈਂਡ ਦੇ ਐਸਟਿਕ ਦਾ ਆਕਟੇਫ ਰੂਲ ਦਾ ਨਾਮ ਦਿੱਤਾ ਗਿਆ ਅਤੇ ਇਸ ਰੂਲ ਅਨੁਸਾਰ ਡਾਰਵਿਨਰ ਦੇ ਯਤਨਾਂ ਨਾਲ ਦੂਜੇ ਵਿਗਿਆਨੀਆਂ ਨੂੰ ਤੱਤਾਂ ਦੇ ਗੁਣਾਂ ਦਾ ਉਹਨਾਂ ਪਰਮਾਣੂ ਪੁੱਜਣ ਦਾ ਸੰਬੰਧ ਸਥਾਪਿਤ ਕਰਨ ਲਈ ਉਤਸ਼ਾਹ ਪੈਦਾ ਹੋ ਗਿਆ ਹਾਂ ਬੱਚੇ ਕਿ ਪਰਮਾਣੂ ਪੁੱਜ ਨੂੰ ਆਧਾਰ ਮੰਨਿਆ ਗਿਆ ਕਿਸੇ ਵੀ ਤੱਤ ਦੇ ਗੁਣਾਂ ਨੂੰ ਆਧਾਰਿਤ ਕਰਨ ਵਾਸਤੇ ਇਹ ਡਾਰਵਿਨਰ ਦੇ ਕਾਰਨ ਸੀ ਸਨ 1868 ਵਿੱਚ ਇਹੀ ਨਿਊ ਵਿਗਿਆਨੀ ਨਿਊ ਲੈਂਡ ਅੰਗਰੇਜ਼ ਵਿਗਿਆਨੀ ਜੌਹਨ ਨਿਊ ਲੈਂਡ ਨੇ ਉਸ ਵਿਲੀ ਜਿਹੜੇ 56 ਤੱਤ ਸੀ ਹਾਈਡਰੋਜਨ ਤੋਂ ਸ਼ੁਰੂਆਤ ਕੀਤੀ ਤੇ ਥੋਰੀਮ ਤੇ ਜਾ ਕੇ ਸਮਾਪਤੀ ਕਰਤੀ ਫਿਰ 56 ਤੱਤ ਤੇ ਤੇ ਉਹਨਾਂ ਨੂੰ ਉਹਨਾਂ ਦੇ ਵਾਧੇ ਹੋਏ ਪਰਮਾਣੂ ਪੁੰਜ ਦੇ ਸਾਧ ਨਾਲ ਅਰੇਂਜਮੈਂਟ ਕੀਤਾ ਅਤੇ ਲਿਵਿਸ ਨੇ ਵੇਖਿਆ ਕਿ ਹਰ 8ਵਾਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣ ਵਰਗੇ ਹਨ ਤੇ ਇਨ੍ਹਾਂ ਤੱਤਾਂ ਦੀ ਤੁਲਨਾ ਸੰਗੀਤ ਦੇ ਅਸ਼ਟਕ ਨਾਲ ਕੀਤੀ ਜਿਹਨੂੰ ਆਪਾਂ 뮤지컬 ਨੂਟਸ ਆਫ 뮤직 ਕਹਿੰਦੇ ਆ ਉਸ ਅਸਟਿਕ ਦਾ ਸਦਾਨ ਦਾ ਨਾਮ ਇਸਨੇ ਦਿੱਤਾ ਤੇ ਨਿਊ ਲੈਂਡ ਦੇ ਅਸਟਿਕ ਦੇ ਵਿੱਚ ਲੀਥਿਅਮ ਸੋਡੀਅਮ ਦੇ ਗੁਣ ਇੱਕੋ ਜਿਹੇ ਸਨ ਇਹ ਹੀ ਕਾਰਨ ਸੀ ਕਿ ਸੋਡੀਅਮ ਲੀਥੀਅਮ ਤੋਂ ਬਾਅਦ ਅੱਠਵਾਂ ਤੱਤ ਸੀ ਇਸ ਤਰ੍ਹਾਂ ਬ੍ਰੀਲੀਅਮ ਦੇ ਮੈਗਨੀਸ਼ੀਅਮ ਨਾਲ ਗੁਣ ਆਪਾਂ ਅੱਗੇ ਵਿਚਾਰ ਕੀਤੀ ਆ ਬੱਚੇ ਟੇਬਲ ਤੇ ਵੇਖਿਆ ਸੀ ਕਿ ਬ੍ਰੀਲੀਅਮ ਦੇ ਮੈਗਨੀਸ਼ੀਅਮ ਨਾਲ ਮਿਲਦੇ ਨੇ ਤੇ ਇਸੇ ਤਰ੍ਹਾਂ ਸੋਡੀਅਮ ਦੇ ਲੀਥੀਅਮ ਨਾਲ ਮਿਲਦੇ ਨੇ ਹਰ ਅੱਠਵੇਂ ਤੱਤ ਦੇ ਪਹਿਲੇ ਤੱਤ ਨਾਲ ਮਿਲਣਗੇ ਨਿਊ ਲੈਂਡ ਇਹ ਜਿਹੜਾ ਅਸਟਿਕ ਦੇ ਮੂਲ ਰੂਪ ਵਿੱਚ ਪਸਾਰ ਨਹੀਂ ਆਪਾਂ ਦੇਖ ਲਈ ਬੱਚੇ ਉਸ ਤੋਂ ਬਾਅਦ ਆਪਾਂ ਬੱਚੇ ਚਲਦੇ ਆਂ ਕਮੀਆਂ ਵੱਲ ਇਹਦੀਆਂ ਕੁਝ ਕਮੀਆਂ ਵੀ ਸਨ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਇਹ ਵੇਖਿਆ ਗਿਆ ਕਿ ਅਸਥਿ ਸਿਧਾਂਤ ਕੇਵਲ ਕੈਲਸ਼ੀਅਮ ਤੱਕ ਹੀ ਲਾਗੂ ਹੁੰਦਾ ਸੀ ਕਿਉਂਕਿ ਕੈਲਸ਼ੀਅਮ ਅਗਰੋਂ ਹਰ ਅਠਵਾਂ ਪਹਿਲੇ ਨਾਲ ਨਹੀਂ ਸੀ ਮਿਲਦਾ ਜਿਹੜਾ ਕਿ ਇਹਦਾ ਬਹੁਤ ਵੱਡਾ ਡਰਾਬੈਕ ਸੀ ਦੂਜਾ ਬੱਚੇ ਡਰਾਬੈਕ ਇਹਦਾ ਆ ਗਿਆ ਨਿਊਲੈਂ ਨੇ ਕਲਪਨਾ ਕੀਤੀ ਸੀ ਕਿ ਕੁਦਰਤ ਵਿੱਚ ਕੇਵਲ 52 ਤੱਤ ਹੀ ਹਨ ਤੇ ਭਵਿੱਖ ਵਿੱਚ ਕੋਈ ਨਵਾਂ ਤੱਤ ਨਹੀਂ ਲੱਭੇਗਾ ਲੇਕਿਨ ਇਸ ਤਰ੍ਹਾਂ ਨਹੀਂ ਹੋਇਆ ਸਮਾਂ ਨੰਗਣਾ ਨਵੇਂ ਤੱਤ ਲੱਭੇ ਔਰ ਨਵੇਂ ਤੱਤ ਜਦੋਂ ਲੱਭੇ ਗਏ ਤਾਂ ਉਹਨਾਂ ਦੇ ਜਿਹੜੇ ਗੁਣ ਜਿਹੜੇ ਸੀ ਪਹਿਲੇ ਨਾਲ ਮੇਲ ਨਹੀਂ ਸੀ ਖਾਂਦੇ ਆਪਣੀ ਸਾਰ ਨਹੀਂ ਸ਼ਾਮਲ ਕਰ ਲਈ ਨਿਊਲੈਂਡ ਦੇ ਦੋ ਤੱਤਾਂ ਨੂੰ ਇੱਕ ਸਥਾਨ ਤੇ ਰੱਖਤਾ ਤੇ ਕੁਝ ਅਸਮਾਨ ਤੱਤਾਂ ਨੂੰ ਵਕ ਵਕ ਕਰ ਦਿੱਤਾ ਜਿਹੜੀ ਕਿ ਇਹਦੀ ਬਹੁਤ ਵੱਡੀ ਗਲਤੀ ਸੀ ਕਮੀ ਸੀ ਕਿਉਂਕਿ ਆਪਾਂ ਸਮਾਨ ਤੱਤਾਂ ਨੂੰ ਵੱਖਰਾ ਕਰਤਾ ਤੇ ਅਸਮਾਨ ਤੱਤਾਂ ਨੂੰ ਇੱਕ ਥਾਂ ਤੇ ਰੱਖਤਾ ਇਹ ਵੀ ਇਹਦੀ ਕਮੀ ਸੀ ਅਤੇ ਇੱਕ ਲਾਸਟ ਵਿੱਚ ਆਪਾਂ ਜਾਣਦੇ ਜਾਨੇ ਇੱਕ ਗੱਲ ਹੋਰ ਕਰ ਲਈਏ ਕਿ ਇਸ ਤੋਂ ਕੁਝ ਸਮੇਂ ਬਾਅਦ ਬੱਚਿਓ ਕਿ ਨੋਬਲ ਗੈਸਿਸ ਅਨਰਟਡ ਗੈਸਿਸ ਦੇ ਆਪਾਂ ਨੋਬਲ ਗੈਸਾਂ ਪੜ੍ਹੀਆਂ ਹੀ ਹੋਈਆਂ ਹਨ ਅਨਰਟਡ ਗੈਸਾਂ ਪੜ੍ਹੀਆਂ ਹੀ ਹੋਈਆਂ ਹਨ ਨੋਬਲ ਗੈਸਾਂ ਅਕਿਰਿਆਸ਼ੀਲ ਗੈਸਾਂ ਨਾਲ ਨਾ ਨਾ ਜਾਣੀ ਜਾਂਦੀਆਂ ਹਨ ਜਿਹੜੀਆਂ ਕਿਸੇ ਨਾਲ ਕਿਰਿਆ ਨਹੀਂ ਕਰਦੀਆਂ ਔਰ ਉਸ ਵੇਲੇ ਜੋ ਨਹੀਂ ਸੀ ਖੋਜੀਆਂ ਗਈਆਂ ਬਾਅਦ ਵਿੱਚ ਖੋਜੀਆਂ ਗਈਆਂ ਜਿਸ ਕਾਰਨ ਕਰਕੇ ਇਹ ਵੀ ਇੱਕ ਕਮੀ ਦੇ ਵਿੱਚ ਨੋਟ ਕੀਤੀਆਂ ਗਈਆਂ ਕਿ ਇਹ ਵੀ ਇੱਕ ਬੜੀ ਵੱਡੀ ਕਮੀ ਸੀ ਕਿ ਜਦੋਂ ਉਹ ਆ ਗਿਆਂ ਤਾਂ ਇਹ ਨਿਜਮ ਗਲਤ ਹੋ ਗਿਆ ਬੱਚੇ ਕਿਉਂਕਿ ਉਹ ਤੁਹਾਨੂੰ ਪਤਾ ਹੀ ਆ ਜੇ ਆਪਾਂ ਇਹਦਾ ਗੱਲ ਕਰੀਏ ਕਮੀਆਂ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਨਿਊ ਲੈਂਡ ਦੇ ਨਿਜਮ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਟੇਬਲ ਆਪਣੇ ਕੋਲ ਸੀ ਇਹਦਾ 뮤지컬 ਨੋਟਸ ਦਾ ਇਹਦੇ ਚ ਬੱਚੇ ਆਪਾਂ ਦੇਖਦੇ ਹਾਂ ਕਿ ਹਾਈਡਰੋਨ ਲੀਥੀਅਮ ਤੋਂ ਵਿਚਕਾਰ ਹੀਲੀਮ ਆਏਗਾ ਐਂਡ ਇੱਥੇ ਆਪਾਂ ਜਾਣਦੇ ਹਾਂ ਕਿ ਫਲੋਰਿਨ ਤੋਂ ਬਾਅਦ ਨੀਓਨ ਆਏਗਾ ਇਸ ਕਾਰਨ ਕਰਕੇ 8ਵਾਂ ਤੱਤ ਪਹਿਲੇ ਤੱਤ ਨਾਲ ਨਹੀਂ ਸੀ ਮਿਲਦਾ ਜਿਸ ਦੀ ਡਰਾ ਬੈਕ ਕਰਕੇ ਇਹ ਵੀ ਨਿਜਮ ਸਾਡਾ ਜਿਹੜਾ ਬਾਅਦ ਵਿੱਚ ਫਲਾਪ ਰਿਆ ਲੇਕਿਨ ਇਸ ਸਮੇਂ ਤੱਕ ਅਸੀਂ ਜਿਹੜਾ ਵਾ ਐਸ ਦੀ ਬਹੁਤ ਜ਼ਿਆਦਾ ਯੋਗਦਾਨ ਰਿਆ ਕਿ ਇਸ ਨੇ ਪਰਮਾਣੂ ਅੰਕ ਨੂੰ ਆਧਾਰ ਮੰਨਿਆ ਅਤੇ ਉਸ ਨੂੰ ਲਿੰਕ ਕੀਤਾ ਬਾਕੀਆਂ ਦੇ ਨਾਲ ਤੇ ਬਾਕੀ ਇਸ ਤੋਂ ਬਾਅਦ ਮੈਂਡਲੀਫ ਆਇਆ ਜਾਂ ਕੋਈ ਵੀ ਆਇਆ ਤਾਂ ਉਸ ਨੇ ਇਹੀ ਪਰਮਾਣੂ ਪੁੰਜ ਨੂੰ ਹੀ ਆਧਾਰ ਮੰਨ ਕੇ ਪੀਰੀਆਡਿਕ ਟੇਬਲ ਨੂੰ ਸ਼ੁਰੂ ਕੀਤਾ ਪੀਰੀਆਡਿਕ ਟੇਬਲ ਜਿਹੜਾ ਹੈਗਾ ਸੀ ਉਸ ਦਾ ਕਲਾਸੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਅਤੇ ਬਹੁਤ ਜ਼ਿਆਦਾ ਸਫਲਤਾ ਪ੍ਰਾਪਤ ਕੀਤੀ ਭਾਵੇਂ ਕਿ ਬੱਚਿਓ ਜਿਹੜਾ ਮਾਡਰਨ ਟੇਬਲ ਆਪਾਂ ਦੇਖਿਆ ਸੀ ਆਪਾਂ ਸਾਰਿਆਂ ਨੇ ਦੇਖਿਆ ਸੀ ਉਹਦੇ ਵਿੱਚ ਭਾਵੇਂ ਤੁਸੀਂ ਜਾਣਦੇ ਜੇ ਕਿ ਉਹਦੇ ਵਿੱਚ ਭਾਵੇਂ ਕਿ ਪੀਰੀਆਡਿਕ ਟੇਬਲ ਦੇ ਵਿੱਚ ਐਟੋਮਿਕ ਮਾਸ ਦੀ ਜਗ੍ਹਾ ਐਟੋਮਿਕ ਨੰਬਰ ਪ੍ਰਮਾਣੂ ਅੰਕ ਨੂੰ ਆਧਾਰ ਮੰਨਿਆ ਗਿਆ ਅਤੇ ਉਹ ਸਫਲ ਰਿਆ ਜਿਹੜਾ ਕਿ ਅੱਜਕੱਲ ਮਾਡਰਨ ਪਿਓਰਿਟੀ ਟੇਬਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਏਗਾ ਧੰਨਵਾਦ ਥੈਂਕਸ ਬੀ ਹੈਪੀ ਕੋਸ਼ ਰਹੋ ਥੈਂਕਸ ਵੈਰੀ ਵੈਰੀ ਮਚ